ਸਾਰਨ ਸਸਿਗਾਲੀ ਵੈਲਕਮ ਬੈਕ ਟੂ ਆਈਏ ਸੜਾ ਪੰਜਾਬੀ ਵਲੌਗਸ ਆਪਾਂ ਐਸੀ ਗੁਰਦਵਾਰਾ ਮੱਥਾ ਟੇਕਣ ਵਾਸਤੇ ਹੁਣ ਆਪਾਂ ਲੱਗੇ ਖੇਡਣ ਬਾਲੀਬਾਲ ਆ ਬਾਲੀਬਾਲ ਤਾਂ ਨਹੀਂ ਹੈਗੀ ਹੁਣ ਅਥੋਂ ਹੀ ਬੋਲ ਲੱਭੀਏ ਗੁਰਦੁਆਰੇ ਹੀ ਤੇ ਆਪਾਂ ਕਹਾਂ ਇਹਨੂੰ ਬਾਲੀਬਾਲ ਬਣਾ ਕੇ ਖੇਡਨੇ ਆ ਬੋਲ ਨੂੰ ਨੈਟ ਆਪਣੇ ਕੋ ਹੈਗਾ ਵੇ ਤੇ ਨੈਟ ਆਪਣੇ ਕੋ ਹੈਗਾ ਵੇ ਦੇਖ ਲੋ ਤੇ ਆਪਾਂ ਕਹ ਇੱਥੇ ਇਹਨੂੰ ਹੀ ਬਾਲੀਬਾਲ ਬਣਾ ਕੇ ਬੋਲ ਨੂੰ ਖੇਡਨੇ ਆ ਨਾਲ ਆਪਣੇ ਨੰਝ ਉਹਦੇ ਵੀ ਆਇਆ ਵੇ ਉਹ ਵੀ ਸਾਨੂੰ ਦੇਖਿਆ ਖੇਡਦੇ ਨੂੰ ਉਹਨੂੰ ਵੀ ਨਾਲ ਖੜਾ ਲਾਂਗੇ ਔਰ ਯਾ ਯਾ ਆਹ ਖੜੀ ਹੈ ਚਲੋ ਜੀ ਖੇਡਣ ਯਾਰ ਹੁੰਦਾ ਵੈ ਪਰਫੈਕਟ ਹੁਣ ਕਾਰ ਆ ਗਈਆਂ ਕਿਉਂਕਿ ਆਪਾਂ ਨੂੰ ਜਾਣਾ ਵੇ ਕਲਾਸ ਲੈਣ ਆਪਾਂ ਜਿਹੜੀ ਡਰਾਈਵਿੰਗ ਸਕੂਲ ਹੁੰਦੀ ਨਾ ਉੱਥੇ ਕਲਾਸ ਲਾਣੀਆਂ ਸ਼ੁਰੂ ਕਰਤੀਆਂ ਨੇ ਕਿਉਂਕਿ ਹੁਣ ਆਪ ਆਪਣਾ ਦੂਸਰਾ ਪਰਮਨੈਂਟ ਲਾਇਸੈਂਸ ਵੀ ਲੈ ਲੈਣਾ ਵੇ ਤਾਂ ਕਰਕੇ ਜੇ ਤੁਸੀਂ ਪਰਮਨੈਂਟ ਲਾਇਸੈਂਸ ਲੈਣਾ ਵੇ ਤੁਹਾਨੂੰ ਇੱਕ ਵੀਕ ਕਲਾਸਾਂ ਲਾਣੀਆਂ ਪੈਂਦੀਆਂ ਨੇ ਕਲਾਸਾਂ ਲੈਣੀਆਂ ਪੈਂਦੀਆਂ ਮਤਲਬ ਸਾਰੇ ਸਾਈਨ ਜਿਹੜੇ ਹੁੰਦੇ ਨੇ ਰੋਡ ਤੇ ਚਲਾਉਣਾ ਸਾਰਾ ਸਿੱਖਣਾ ਪੈਂਦਾ ਵੇ ਤੇ ਆਪਾਂ ਜਿੱਦੋਂ ਸ਼ੁਰੂ ਕਰਤੀ ਇਹ 5 ਵਜੇ ਜਾਣਾ ਆਪਾਂ 4:30 ਹੋ ਗਏ ਨੇ ਤੇ ਚਲੋ ਸਾਰਾ ਚਲੀਏ ਉੱਥੇ ਫਾਰਮ ਭਰਨਾ ਤੇ ਫਿਰ ਆਪਾਂ ਅੱਜ ਜੁਆਇਨ ਕਰ ਲੈਣੀ ਕਲਾਸ ਇਹ ਚਲੋ ਫਿਰ ਚੱਲੀਏ ਤੇ ਆਪਾਂ 5 ਵਜੇ ਜਾ ਕੇ ਕਰਨਾ ਹੈ 10 ਵਜੇ ਆਇਆ ਕਰਨਾ ਹੈ 5 ਘੰਟੇ ਦੀ ਕਲਾਸ ਕਰਨੀ ਹੈ ਜਾ ਕੇ ਤੇ ਫਿਰ ਆਪਾਂ ਤੁਹਾਨੂੰ 10 ਵਜੇ ਮਿਲਾਂਗੇ ਤੇ ਇਹ ਰਾਤ ਦੇ 8 ਵਜੇ ਹਨ ਹਜੇ ਹਾਲ ਤੱਕ ਆਪਾਂ ਇੱਥੇ ਹੀ ਆਪਣੀ ਡਰਾਈਵਿੰਗ ਸਕੂਲ ਦੇ ਵਿੱਚ ਕਲਾਸ ਲਾਣੇ ਪਿਆ ਤੇ ਸਾਨੂੰ ਨਾ 10 ਮਿੰਟ ਦੀ ਬ੍ਰੇਕ ਵੀ ਮਿਲਦੀ ਏ ਤੇ ਆ ਬਸ ਬ੍ਰੇਕ ਲੈਣੇ ਪਿਆ ਤੇ ਮੈਂ ਤੁਹਾਨੂੰ ਦੱਸ ਦਈਏ ਤੇ ਬਹੁਤ ਅੱਜ ਆਪਾਂ ਸਾਇੰਸ ਤੇ ਬਾਰੇ ਸਿੱਖਿਆ ਸਾਰਾ ਰੋਡ 'ਚ ਤੇ ਵਧੀਆ ਆਵੇ ਤੇ ਬਸ 10 ਘੰਟੇ ਬਾਅਦ ਸਾਡੀ ਫਿਰ ਕਲਾਸ ਸ਼ੁਰੂ ਹੋਣੀ ਹੈ 2 ਘੰਟੇ ਹੋਰ ਰਗੇ ਨੇ ਸਾਰਿਆਂ ਨੂੰ ਜੀ ਹੈਪੀ ਨਿਊ ਈਅਰ ਸਵੇਰ ਦੇ 9:00 ਵਜੇ ਚੁੱਕੇ ਨੇ ਆਪਾਂ ਗੁਰਦੈ ਚੱਲਿਆ ਹੀ ਮੱਥਾ ਟੇਕਣ ਤੇ ਬਸ ਫਿਰ 2020 ਚੱਲ ਗਿਆ ਤੇ 2021 ਆ ਗਿਆ ਜੀ ਸਭ ਤੋਂ ਪਹਿਲਾਂ ਗੁਰਦੈ ਮੱਥਾ ਟੇਕ ਕੇ ਜਾਣੇ ਆ ਜੀ ਆਪਾਂ ਉੱਥੇ ਕੀਰਤਨ ਹੁੰਦਾ ਪਿਆ ਕੱਲ ਵੀ ਕੀਰਤਨ ਹੋਇਆ ਹੋਵੇ 10:00 ਵਜੇ ਤੋਂ ਲੈ ਕੇ 12:00 ਵਜੇ ਤੱਕ 12 ਵਜੇ ਨਿਊ ਇਅਰ ਆ ਗਿਆ ਸੀ ਤੇ ਉਦੋਂ ਤੱਕ ਕੀਰਤਨ ਹੋਇਆ ਤੇ ਅੱਜ ਫੇਰ ਕੀਰਤਨ ਹੁੰਦਾ ਹੋਵੇ ਤੇ ਕੱਲ ਰਾਤ ਨੂੰ 12 ਵਜੇ ਜਦੋਂ ਹੀ 12 ਵਜੇ ਨਾਲ ਹੀ ਬਹੁਤ ਪਟਾਕੇ ਵਜਣ ਲੱਗ ਗਏ ਮੈਂ ਛੋਟੀ ਹੀ ਕਲਿੱਪ ਵੀ ਬਣਾਈ ਏ ਤੇ ਅੱਗੇ ਉਹੀ ਕਲਿੱਪ ਆਗੇ ਪਟਾਕਿਆਂ ਦੀ ਜਦੋਂ ਹੀ ਮਲਾ ਹੈਪੀ ਨਿਊ ਇਅਰ ਹੋਇਆ 12 ਵਜੇ ਉਹਦੇ ਪਟਾਕੇ ਵਜਣ ਲੱਗ ਪਏ ਤੇ ਬਹੁਤ ਸੋਹਣੇ ਸੀ ਪਟਾਕੇ ਵੀ ਤੇ ਚਲੋ ਫਿਰ ਗੁਰਦਾਰੇ ਮੱਥਾ ਟੇਕ ਕੇ ਫੇਰ ਤੁਹਾਨੂੰ ਮਿਲਦੇ ਆ ਤੇ ਰੋ ਜੀ ਰਾਤ ਦੇ 12 ਵਜੇ ਪੀਨੀਅਰ ਹੋ ਗਿਆ ਵੇ ਤੇ ਤੁਸੀਂ ਆਪੀ ਦੇ ਸਕਦੇ ਹੋ ਪਟਾਕੇ ਵਜਨੇ ਸ਼ੁਰੂ ਹੋ ਗਏ ਨੇ ਜੋਦੀ 12 ਵਜੇ ਆਪਣਾ ਬੈਰ ਤੇ ਗੇਮ ਖੇਡਦੇ ਪਈ ਮੈਂ ਮੇਰਾ ਭਰਾ ਤਦੋਂ ਹੀ ਆਵਾਜ਼ ਆਈ ਪਟਾਕਿਆਂ ਦੀ ਮੈਂ ਛੇਤੀ ਛੇਤੀ ਵੀਡੀਓ ਬਣਾ ਲਾ ਪਿਆ ਤੇ ਬਹੁਤ ਵਧੀਆ ਪਟਾਕੇ ਲੱਗਦੇ ਬਣਦੇ ਐ ਲੋ ਮੈਨ ਆ ਗਿਆ ਦੇਖ ਕੇ ਤੇ ਦੇਖ ਲੋ ਹੋਣ ਦੇਖਿਓ ਇਹਨਾਂ ਨੇ ਵਾਵਾ ਚਰ ਦੋ ਤਿੰਨ ਘੰਟੇ ਤੇ ਬੱਜਣ ਗਈ ਹੋਣਾ ਤੇ ਬਹੁਤ ਵੱਡੇ ਵੱਡੇ ਬੰਬ ਵੀ ਚਲਾਉਂਦੇ ਬਣੇ ਤੇ ਬਹੁਤ ਸੋਹਣੇ ਪਟਾਕੇ ਚਲੋ ਵੀ ਤੇ ਲੋਜੀ ਲਾਈਟਾਂ ਵੇਖਣ ਆਪਾਂ ਪਹੁੰਚ ਚੁੱਕੇ ਆਂ ਦੇਖ ਲੋ ਅਜਾ ਆਪਾਂ ਐਂਟਰ ਹੋਏ ਆਂ ਦੇਖ ਲੋ ਉੱਥੇ ਤੇ ਟਿਕਟ ਲੱਗਦੀ ਹੈ ਜੀ 30 ਡਾਲਰ ਸਾਡੇ ਕੋਲ ਉੱਤੇ ਨੇ ਲਾਈਟਾਂ ਦੇਖਣ ਦੇ ਤੇ ਲਾਈਟਾਂ ਲੱਗਦੀਆਂ ਬਹੁਤ ਸੋਹਣੀਆਂ ਹੋਣਗੀਆਂ ਇੱਥੋਂ ਹੀ ਪਤਾ ਲੱਗਦਾ ਪਿਆ ਵੇ ਤੇ ਇਹ ਥੋੜਾ ਨਾ ਜਿਵੇਂ ਪਿੰਡ ਦੇ ਵਿੱਚ ਆ ਕੇ ਨੇ ਲਾਈਟਸ ਲੱਗੀਆਂ ਤੇ ਇਥੇ ਹਨੇਰਾ ਬਹੁਤ ਹੁੰਦਾ ਵੇ ਜਿਵੇਂ ਲਾਈਟਸ ਨਹੀਂ ਲੱਗੀਆਂ ਹੁੰਦੀਆਂ ਰੋਡ ਤੇ ਵੀ ਲਾਈਟਾਂ ਲੱਗੀਆਂ ਹੁੰਦੀਆਂ ਹਨੇਰਾ ਹੁੰਦਾ ਹੜਾ ਇੱਥੇ ਤੇ ਦੇਖ ਲਓ ਜੀ ਹੁਣ ਸ਼ੁਰੂਆਤ ਹੈ ਹੌਲੀ ਹੌਲੀ ਵਧੀਆ ਵਧੀਆ ਲਾਈਟਸ ਆਉਣ ਲੱਪਣੀਆਂ ਨੇ ਤੇ ਮੈਂ ਕਿਹਾ ਸ਼ੁਰੂ ਕਰ ਦਿਆਂ ਤੁਹਾਨੂੰ ਦਿਖਾਣੀ ਆ ਚਲੋ ਫਿਰ ਆਪਾਂ ਥੋੜਾ ਜਿਹਾ ਨਾ ਵਧੀਆ ਵਧੀਆ ਲਾਈਟਾਂ ਦੇ ਸ਼ੋਰਟਸ ਲੈਣੇ ਆ ਤੇ ਉਹ ਤੁਸੀਂ ਦੇਖਿਓ ਤੇ ਫੇਰ ਆਪਾਂ ਤੁਹਾਨੂੰ ਬਾਅਦ ਨੂੰ ਸਾਰੀਆਂ ਲਾਈਟਾਂ ਦਿਖਾ ਦਾਂਗੇ ਠੀਕ ਹੈ ਜੀ ਚਲੋ ਹੀ ਸ਼ੋਰਟਸ ਲੈਣੇ ਹੋਣਾ ਬਹੁਤ ਵਧੀਆ ਜੀ ਲਾਈਟਾਂ ਦੇ ਤੇ ਦੇਖ ਲੋ ਜੀ ਹੁਣ ਵਧੀਆ ਲੈਟਾ ਨਾਲ ਲਾਪੀ ਆ ਨੇ। ਕੀ ਬਾਤ ਕੀ ਬਾਤ। ਉਹ ਵੇਖੋ ਜੀ ਕਿੰਨੀ ਸੋਹਣੀ। ਆ ਦੇਖੋ ਜੀ। ਗੋਡ ਬlesਸ ਦਾ ਯੂ ਐਸ اے। ਚਲੋ ਸ਼ੋਰਟਸ ਇੰਜੋਏ ਕਰੋ। ਲਓ ਜੀ ਹੁਣ ਤਾਂ ਚੰਗੀ ਤਰ੍ਹਾਂ ਸਾਰੇ ਲਾਈਟਸ ਸਜਾ ਦਿਆ ਉਹ ਲਿਖਿਆ ਜੀ ਹੈਪੀ ਹੌਲੀਡੇਸ ਜੇ ਸਾਨੂੰ ਛੁੱਟੀਆਂ ਪਈਆਂ ਇਹਨੇ ਕ੍ਰਿਸਮਸ ਦੀਆਂ ਤੇ ਉਹ ਦੇਖੋ ਜੀ ਆਪਾਂ ਬਹੁਤ ਬਹੁਤ ਲਾਈਟਾਂ ਲੱਗੀਆਂ ਪਈਆਂ ਨੇ ਤੇ ਹੁਣ ਆਪਾਂ ਹੀ ਇਹਦੇ ਵਿੱਚ ਜਾਵਾਂਗੇ ਡਰਾਈਵ ਕਰਦੇ ਦੇਖੋ ਕਿੰਨੀਆਂ ਸੋਹਣੀਆਂ ਲਾਈਟਾਂ ਲੱਗਦੀਆਂ ਤੇ ਮਜ਼ਾ ਆ ਜਾਣਾ ਦੇਖਿਓ ਏ ਮਿੰਟ ਤੇ ਦੇਖੀਂ ਦੇਖੋ ਜੀ ਕਿਆ ਬਾਤ ਹੈ ਚੱਕ ਕੀਆ ਬਾਤ ਬਹੁਤ ਵਧੀਆ ਈ ਮੈਂ ਆਂਦਾ ਵਾ ਦੇਖ ਲਓ ਜੀ ਸਾਰੇ ਤਰ੍ਹਾਂ ਦੀ ਮਤਲਬ ਲਾਈਟਾਂ ਆਣੀਆਂ ਨੇ ਦੇ ਲੋਕੀ ਸਪੇਸ ਆਂਦੀ ਏ 컬러ਫੁੱਲ ਲਟਾਂ ਸਾਰੀਆਂ ਲਟਾਂ ਆਂਦੀਆਂ ਤੇ ਬਹੁਤ ਵਧੀਆ ਦੇਖ ਲੋ ਜੀ ਸੀਜ਼ਨ ਗਰੀਟਿੰਗਸ ਬਹੁਤ ਵਧੀਆ ਬਹੁਤ ਵਧੀਆ ਆ ਦੇਖੋ ਇਹ ਕਿੰਨਾ ਸੋਹਣਾ ਸਟਾਇਲ ਤੇ ਬਹੁਤ ਮੈ ਆਂਦਾ ਪਾ ਦੇਖ ਕੇ ਅਹੋ ਦੇਖੋ ਤੇ ਉਹ ਘਰ ਜਿਹੜਾ ਹੈ ਉਹ ਘਰ ਨੂੰ ਬਹੁਤ ਸੋਹਣਾ ਲੱਗਾ ਈ ਉਹ ਬਹੁਤ ਵਧੀਆ ਸਜਾਇਆ ਵੇ ਦੇਖ ਲੋ ਦੇਖ ਲੋ ਕਿ ਨੀ ਮਿਹਨਤ ਲੱਗੀ ਹੋਣੀ ਹੈ ਤੇ ਬਹੁਤ ਵਧੀਆ ਲੱਗਦਾ ਆ ਪੈ ਤੇ ਕੀ ਚੱਲੋ ਬਸ ਘਾਰ ਹੇ ਐਂਟਰ ਹੋਇਆ ਤੇ ਬਹੁਤ ਵਧੀਆ ਵਧੀਆ ਰੈਟਸ ਲੱਗੀਆਂ ਵੀ ਆਣੇ ਤੇ ਮਜ਼ਾ ਆਇਆ ਦੇਖ ਕੇ ਆਹ ਦੇਖ ਲਓ ਜੀ ਮੁੰਡਾ ਬੁਲਟ ਚਲਾਉਂਦਾ ਵਾ ਬੁਲਟ ਅਹ ਕਿੰਨਾ ਵਧੀਆ ਲੱਗਦਾ ਵੈ ਉਧਰ ਲੱਗਾ ਜੀ ਟਰੈਕਟਰ ਚਲਾਣ ਟਰੈਕਟਰ ਚਲਦਾ ਵੈ ਤੇ ਆਹ ਦੇਖੋ ਜੀ ਆ ਵੀ ਕਾਰ ਬਹੁਤ ਵੱਡਾ ਤੇ ਵੀ ਬਹੁਤ ਵਧੀਆ ਸਜਾਇਆ ਨੇ ਦੇਖੋ ਕਿੰਨੀਆਂ ਲਾਈਟਾਂ ਲਾਈਆਂ ਨੇ ਮਤਲਬ ਕਿ ਪੂਰੀਆਂ ਅੱਖਾਂ ਚ ਪੈਂਦੀਆਂ ਵੀ ਆ ਬਹੁਤ ਜ਼ਿਆਦਾ ਬ੍ਰਾਈਟ ਨੇ ਤੇ ਬਹੁਤ ਸੋਹਣੀ ਆ ਦੇਖ ਲਓ ਜੀ ਆਹ ਦੇਖ ਲਓ ਜੀ ਕੀ ਬਾਤ ਕੀ ਬਾਤ ਬਹੁਤ ਵਧੀਆ ਪੂਰੀ ਬਲੂ ਲਟਾ ਉੱਥੇ ਦੇ ਲੋਈ ਡਾਡਾ ਸੋਰ ਉੱਤੇ ਬੈਠਾ ਸੰਟਾ ਦੇਹਲੋ ਸਾਰੇ ਪਾਸੇ ਦੇਹਲੋ ਸਾਰੇ ਬਸ ਲਟੇ ਲਟਾ ਨੇ ਤੇ ਆ ਜਿਹੜੀਆਂ ਉਹੀ ਲਾਈਟਸ ਨੇ ਜਿੱਥੋਂ ਆਪ ਆਏ ਸੀ ਜਰਮਧਾਈਆਂ ਨੇ ਉਹੀ ਲਾਈਟਸ ਨੇ ਆ ਇੱਥੋਂ ਆਪ ਆਏ ਸੀ ਤੇ ਕਹੇ ਮੈਂ ਤਾਂ ਹੋਰ ਆਣਾ ਵੇ ਮੈਨੂੰ ਪਤਾ ਆਵੇ ਦੇਖਿਆ ਸੀ ਮੈਂ आर ओ जी एकोंदा ਹੋਰ ਆ ਗਿਆ ਵੇ ਹੁਣ ਤਾਂ ਮਤਲਬ ਕਿ ਵਾਪਸ ਜਾਣੇ ਕਦਮ ਹੋਰ ਬੜੀਆਂ ਲੱਟਾਂ ਤੇ ਆ ਦੇਖ ਲੋ ਇੱਕ ਵਾਰ ਫੇਰ ਐਵੇਂ ਦਾ ਆ ਗਿਆ ਇਹ 골ਡ ਕਲਰ ਦਾ ਹੀ ਰਹਿਣਾ ਮਨ ਲੱਗਦਾ ਤੇ ਵੀ ਸੋਹਣਾ ਆ ਵੇ ਇਹ ਲੋ ਬਹੁਤ ਵਧੀਆ ਬਹੁਤ ਵਧੀਆ ਚਲੋ ਜੀ ਆ ਬੰਦ ਹੁੰਦੀਆਂ ਵਿੱਚ ਬਲਿੰਕ ਹੁੰਦੀਆਂ ਉਹ ਦੇਖੋਗੇ ਬਹੁਤ ਵਧੀਆ ਵੀ ਟ੍ਰੀਟ ਤੇ ਤੇ ਲੋ ਜੀ ਆ ਹੈਗੀਆਂ ਆਪਣੀਆਂ ਲਾਸਟ ਲਾਈਟਸ ਅਸ ਤੋਂ ਬਾਅਦ ਹੋਣੀ ਨਹੀਂ ਖਤਮ ਤੇ ਆ ਨੰਦ ਜੋ ਵੀ ਬੜੇ ਧਿਆਨ ਨਾਲ ਦੇਖਦਾ ਪਿਆਵੇ ਅੱਗੇ ਆ ਕੇ ਬਹਿ ਗਿਆ ਹੀ ਆ ਵੀ ਤੇ ਪੂਰੇ ਐ ਧਿਆਨ ਨਾਲ ਦੇਖਦਾ ਪਿਆ ਪਿਆ ਕੀ ਉਹਨੇ ਪਹਿਲੀ ਵਾਰ ਨਹੀਂ ਲਾਈਟਸ ਦੇਖਿਆ ਜਿੰਦਾ ਤੇ ਉਹਨੂੰ ਹੀ ਬੜਾ ਮਜ਼ਾ ਆਉਂਦਾ ਪਾ ਦੇਖ ਕੇ ਸਦਾ ਪਿਆਵੇ ਲਾਈਟਸ ਵੱਲ ਤੇ ਲਾਈਟਸ ਵਾਹ ਸੋਹਣੀਆਂ ਸੀ ਮਯਾ ਆਇਆ ਇੱਥੇ ਤੇ ਵਧੀਆ ਸੀ ਬਹੁਤ ਜਣੇ ਆਏ ਨੇ ਵੈਸੇ ਲਾਈਟਾਂ ਦੇਖਣ ਤੇ ਲਾਸਟ ਵਿੱਚ ਜੀ ਉਹਨਾਂ ਨੇ ਕਰਤਾ ਰਿਖਤਾ ਹੈਪੀ ਨਿਊ ਇਅਰ ਲਾਸਟ ਦੇ ਵਿੱਚ ਆ ਲਾਈਟਸ ਲਾਤੀਆਂ ਉਹਨਾਂ ਨੇ ਤੇ ਇਸ ਤੋਂ ਬਾਅਦ ਹੁਣ ਫਿਰ ਨਾ ਖਤਮ ਚਲੋਈ ਅ ਹੁਣ ਜਾਣੇ ਵਾਲਾ ਤੇ ਲੋ ਜੀ ਇਹਨਾਂ ਨੇ ਇੱਥੇ ਐਰੋਸ ਵੀ ਲਾਏ ਨੇ ਸਾਨੂੰ ਰੋਡ ਤੱਕ ਪਹੁੰਚਾਣ ਲਈ ਕਿਉਂਕਿ ਇੱਥੇ ਨਾ ਬਹੁਤ ਜ਼ਿਆਦਾ ਹਨੇਰਾ ਵੇ ਤਾਂ ਕਰਕੇ ਉਹਨਾਂ ਨੇ ਐਰੋਸ ਲਾ ਦਿੱਤੇ ਨਹੀਂ ਸਾਨੂੰ ਪਤਾ ਲੱਗਦਾ ਰਹੇ ਕਿੱਧਰ ਮੁੜਨਾਵੇਂ ਤੇ ਆਪ ਹੀ ਦੇ ਸਕਦੇ ਹੋ ਸਾਰੇ ਪਾਸੇ ਹਨੇਰਾ ਹੀ ਹੈ ਕੱਲੀਆਂ ਕੱਲੇ ਐਰੋਸ ਹੀ ਦੇਖਦੇ ਆਪਣੇ ਤੇ ਚਲੋ ਫਿਰ ਤੁਹਾਨੂੰ ਹੁਣ ਆਪਾਂ ਮਿਲਨੇ ਆਈ ਘਰ ਜਾ ਕੇ ਓਕੇ ਅੱਜ ਦਾ ਵਲੋਗ ਆਪਾਂ ਇੱਥੇ ਹੀ ਕਰਨੇ ਆ ਐਂਡ ਵਲੋਗ ਵਧੀਆ ਲੱਗਾ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਤੁਹਾਨੂੰ ਫਿਰ ਆਪਾਂ ਮਿਲਨੇ ਆ ਜੀ ਅਗਲੇ ਵਲੋਗ ਦੇ ਨਾਲ ਓਕੇ